ਟੁੱਟੀ ਹੋਈ ਪਲਾਸਟਿਕ ਦੀ ਸਲਿੰਕੀ ਨਾਲ ਤੁਸੀਂ ਬੜਾ ਸੋਹਣਾ ਸਪਿਨਿੰਗ ਖਿਡੌਣਾ ਬਣਾ ਸਕਦੇ ਹੋ। 10 ਸੈਂਟੀਮੀਟਰ ਲੰਬੀ ਪੀ ਵੀ ਸੀ ਪਾਈਪ ਦੇ ਸਿਰੇ 'ਤੇ 2 ਰਬੜ ਦੇ ਪਲੱਗ ਲਗਾਓ। ਲੱਕੜ ਦਾ ਸਪੀਕਰ ਦੋਵੇਂ ਪਲੱਗ ਦਾ ਦੋਵੇਂ ਪਾਈਪ ਵਿੱਚ ਪੋਕ ਕਰੋ। ਟੁੱਟੀ ਹੋਈ ਸਲਿੰਕੀ ਦੇ 20 ਸਪਰੈਡ ਬਣਾ ਲਓ। ਫੁੱਲ ਬਣਾ ਕੇ ਟੇਪ ਨਾਲ ਜੋੜੋ। ਇਸ ਫੁੱਲ ਦੇ ਉੱਪਰ ਇੱਕ ਮੋਰੀ ਹੋਏਗੀ। ਸਲਿੰਕੀ ਦਾ ਫੁੱਲ ਫਿਕਸ ਪਾਈਪ ਦੇ ਉੱਤੇ ਰੱਖ ਕੇ ਚਪਟਾ ਕਰ ਦਿਓ, ਉੱਤੇ ਰੱਖ ਕੇ ਚਿਪਕਾ ਦਿਓ। ਪਲਾਸਟਿਕ ਦੀ ਸ਼ੀਟ ਨਾਲ ਇੱਕ ਪ੍ਰੋਪੈਲਰ ਬਣਾਓ। ਬਲੇਡਸ ਨੂੰ ਉੱਪਰ ਵੱਲ ਮੋੜ ਦਿਓ ਤਾਂ ਕਿ ਉਹ ਹਵਾ ਕੱਟ ਸਕਣ। ਇਹ ਪ੍ਰੋਪੈਲਰ ਨੂੰ ਸਪੀਕਰਸ ਵਿੱਚ ਫਿੱਟ ਕਰ ਦਿਓ ਅਤੇ ਇਸ ਦੇ ਥੱਲੇ ਪਲਾਸਟਿਕ ਦਾ ਵਾਸ਼ਰ ਫਿੱਟ ਕਰ ਦਿਓ। ਰਗੜ ਘੱਟ ਕਰਨ ਦੇ ਲਈ ਸਕੁਇਕਰਸ ਨੂੰ ਪਲਾਸਟਿਕ ਸਟਰੋ ਵਿੱਚ ਰੱਖ ਦਿਓ। ਇਸ ਨਾਲ ਇਹ ਬੁਸ਼ ਬੀਅਰਿੰਗ ਦਾ ਕੰਮ ਕਰੇਗੀ। ਸਲਿੰਕੀ ਨੂੰ ਪੱਖੇ ਥੱਲੇ ਰੱਖੋ, ਇਹ ਬੜੀ ਤੇਜ਼ ਘੁੰਮੇਗੀ। ਤੁਹਾਨੂੰ ਘੁੰਮਦੀ ਹੋਈ ਸਲਿੰਕੀ ਦੇ ਬਹੁਤ ਸੋਹਣੇ ਨਮੂਨੇ ਦਿਖਣਗੇ।